ਜਲੰਧਰ ਦੇ ਵਿੱਚ ਹੋਈ ਜ਼ਿਮਨੀ ਚੋਣ ਤੋਂ ਬਾਅਦ ਪਹਿਲੀ ਵਾਰੀ ਸਾਬਕਾ ਵਿਧਾਇਕ ਅਤੇ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਸਾਹਮਣੇ ਆਏ ਨੇ ਤੇ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਾਈਵ ਹੋ ਕੇ ਪਾਰਟੀ ਛੱਡਣ ਦਾ ਕਾਰਨ ਦੱਸਿਆ। ਸ਼ੀਤਲ ਅੰਗੁਰਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਨਮਾਨ ਨਹੀਂ ਦਿੱਤਾ, ਮੇਰੀ ਇੱਜ਼ਤ ਤੋਂ ਵੱਧ ਮੇਰੇ ਲਈ ਕੁਝ ਵੀ ਮਹੱਤਵਪੂਰਨ ਨਹੀਂ ਹੈ ਤੇ ਇਸੇ ਲਈ ਮੈਂ ਪਾਰਟੀ ਛੱਡ ਦਿੱਤੀ। ਉਹਨਾਂ ਨੇ ਕਿਹਾ ਕਿ ਮੈਂ ਹਮੇਸ਼ਾ ਸੱਚ ਤੇ ਰਾਜਨੀਤੀ ਕਰਦਾ ਵਾਂ ਤੇ ਇਸੇ ਲਈ ਮੈਂ ਪਾਰਟੀ ਵੀ ਛੱਡੀ। ਸਾਬਕਾ ਵਿਧਾਇਕ ਸ਼ੀਤਲ ਨੇ ਕਿਹਾ ਕਿ ਚੋਣ ਕੇਵਲ ਮਹਿੰਦਰ ਭਗਤ ਨੇ ਨਹੀਂ ਲੜੀ, ਇਹ ਚੋਣ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਲੜੀ ਹੈ ਤੇ ਮੈਂ ਉਸ ਦੀ ਜਿੱਤ ਤੇ ਉਹਨਾਂ ਨੂੰ ਵਧਾਈ ਦਿੰਦਾ ਹਾਂ। ਸ਼ੀਤਲ ਅੰਗੁਰਾਲ ਨੇ ਅੱਗੇ ਇਹ ਵੀ ਕਿਹਾ ਕਿ ਲੋਕਾਂ ਨੂੰ ਮੁੱਖ ਮੰਤਰੀ ਤੇ ਭਰੋਸਾ ਹੈ ਤੇ ਇਸ ਲਈ ਉਹਨਾਂ ਨੂੰ ਸਾਡੇ ਇਲਾਕੇ ਦੇ ਕੰਮ ਵੀ ਕਰਵਾਉਣੇ ਚਾਹੀਦੇ ਨੇ। ਜਲੰਧਰ ਪੱਛਮੀ ਦੇ ਵਿੱਚ ਵਿਧਾਇਕ ਚੁਣੇ ਨੂੰ ਉਹਨਾਂ ਨੇ ਕਿਹਾ ਕਿ 12 ਦਿਨ ਬੀਤ ਚੁੱਕੇ ਨੇ ਪਰ ਇਸ ਦਾ ਅੰਦਾਜ਼ਾ ਇੰਨੇ ਦਿਨਾਂ ਦੇ ਵਿੱਚ ਨਹੀਂ ਮਿਲ ਸਕਿਆ ਕਿਉਂਕਿ ਕੋਈ ਵੀ ਕੰਮ ਨਹੀਂ ਹੋਇਆ। ਇਸ ਲਈ ਉਹਨਾਂ ਨੇ ਇਹ ਵੀ ਕਿਹਾ ਕਿ 1 ਮਹੀਨੇ ਬਾਅਦ ਮੈਂ ਦੁਬਾਰਾ ਲਾਈਵ ਹੋ ਕੇ ਦੱਸਾਂਗਾ ਕਿ ਪੱਛਮੀ ਹਲਕੇ ਦੇ ਵਿੱਚ ਕਿਹੜੇ ਕਿਹੜੇ ਕੰਮ ਕਰਵਾਏ ਗਏ ਨੇ। ਸ਼ੀਤਲ ਅੰਗੁਰਾਲ ਨੇ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਜਲੰਧਰ ਲੁਧਿਆਣਾ ਹਾਈਵੇ ਸਥਿਤ ਇੱਕ 5-ਤਾਰਾ ਹੋਟਲ ਦੇ ਵਿੱਚ 3 ਦਿਨਾਂ ਪ੍ਰੋਗਰਾਮ ਕਰਵਾਏ ਸੀ ਤੇ ਜਦੋਂ ਮੈਂ ਉਸ ਪ੍ਰੋਗਰਾਮ ਵਿੱਚ ਪਹੁੰਚਿਆ ਤਾਂ ਮੈਨੂੰ ਪਤਾ ਲੱਗਿਆ ਕਿ ਮੇਰੀ ਕੁਰਸੀ ਸਟੇਜ ਤੇ ਨਹੀਂ ਸੀ ਤੇ ਕੱਲ ਸੀਐਮ ਦੇ ਪ੍ਰੋਗਰਾਮ ਦੇ ਵਿੱਚ ਮਹਿੰਦਰ ਭਗਤ ਦੇ ਨਾਲ ਵੀ ਕੁਝ ਅਜਿਹਾ ਹੀ ਹੋਇਆ। ਸ਼ੀਤਲ ਨੇ ਦੋਸ਼ ਲਗਾਇਆ ਹੈ ਕਿ ਮੁੱਖ ਮੰਤਰੀ ਨੇ ਮਹਿੰਦਰ ਭਗਤ ਨੂੰ ਸਿਕਿਉਰਿਟੀ ਗਾਰਡ ਦੀ ਕੁਰਸੀ ਤੇ ਬਿਠਾਇਆ ਤੇ ਉਹਨਾਂ ਨੇ ਕਿਹਾ ਕਿ ਮੇਰੇ ਨਾਲ ਵੀ ਅਜਿਹਾ ਹੀ ਕੁਝ ਹੋ ਰਿਹਾ ਸੀ, ਇਸੇ ਕਰਕੇ ਮੈਂ ਪਾਰਟੀ ਛੱਡੀਏ ਤੇ ਇਸ ਬਾਰੇ ਉਹਨਾਂ ਨੇ ਹੋਰ ਕੀ ਕੁਝ ਕਿਹਾ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ। ਮੈਂ ਇਲੈਕਸ਼ਨ ਹਾਰੇ ਨੂੰ ਅੱਜ ਮੈਨੂੰ ਮੈਂ ਕੱਲ੍ਹ ਪਾਰਟੀ ਦੇ ਸੀਨੀਅਰ ਅਧਿਕਾਰੀਆਂ ਨੇ ਮੈਨੂੰ ਬੁਲਾ ਕੇ ਜੋ ਆਸ਼ੀਰਵਾਦ ਮਾਨ ਦਿੱਤਾ, ਮੇਰੇ ਇਲੈਕਸ਼ਨ ਬਾਰੇ ਪਤਾ ਕੀਤਾ ਕਿ ਇਲੈਕਸ਼ਨ ਵਿੱਚ ਕੀ ਹੋਇਆ, ਹਰ ਇੱਕ ਡਾਕੂਮੈਂਟ ਮੈਂ ਦੇ ਕੇ ਆਇਆ। ਕੁਛ ਲੋਕਾਂ ਨੇ ਜਿਹੜੇ ਪਾਰਟੀ ਦੇ ਖਿਲਾਫ਼ ਕੰਮ ਕੀਤਾ ਉਹਨਾਂ ਦੇ ਬਾਰੇ ਵੀ ਦੇ ਕੇ ਆਇਆ ਰਿਪੋਰਟ, ਉਹਨਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਦੇ ਲਈ ਜੋ ਵੀ ਪਾਰਟੀ ਕਾਰਵਾਈ ਕਰ ਸਕਦੀ ਹੈ, ਮਤਲਬ ਕਿ ਜੋ ਪਾਰਟੀ ਦੇ ਵਿੱਚ ਪ੍ਰੋਟੋਕੋਲ ਹੈ ਉਹਨਾਂ ਦੇ ਖਿਲਾਫ਼ ਵੀ ਦੇ ਕੇ ਆਇਆ। ਉਹ ਤੋਂ ਇਲਾਵਾ ਪਾਰਟੀ ਦੀ ਕੁਛ ਇੱਦਾਂ ਦੀ ਐਵੀਡੈਂਸ ਦੇ ਕੇ ਆਇਆ ਕਿ ਪਾਰਟੀ ਦੇ ਵਿਰੋਧ ਦੇ ਵਿੱਚ ਕਿਹੜੇ ਕਿਹੜੇ ਲੋਕ ਸੀ। ਮੈਨੂੰ ਪਰ ਜੋ ਪਾਰਟੀ ਨੇ ਕੱਲ੍ਹ ਮਾਣ ਬਖਸ਼ਿਆ, ਮੈਂ ਕੱਲ੍ਹ ਸਾਡੇ ਸੰਗਠਨ ਮੰਤਰੀ BL ਸੰਤੋਖ ਜੀ ਨੇ ਕੱਲ੍ਹ ਰਾਤ ਨੂੰ ਮੈਨੂੰ ਬੁਲਾਇਆ ਸੀ, ਜੋ ਉਹਨਾਂ ਨੇ ਮੈਨੂੰ ਪਿਆਰ ਔਰ ਆਸ਼ੀਰਵਾਦ ਦਿੱਤਾ ਮੈਂ ਜ਼ਿੰਦਗੀ ਭਰ ਨਹੀਂ ਭੁੱਲ ਸਕਦਾ ਕਿ ਪਾਰਟੀ ਦੇ ਲਈ ਮੇਰੇ ਲਈ ਐਡੀ ਅੱਛੀ ਸੋਚ, ਮੈਨੂੰ ਆਸ਼ੀਰਵਾਦ ਦੇ ਕੇ ਭੇਜਿਆ ਕਿ ਅੱਗੇ ਨੂੰ ਵੀ ਵਧੀਆ ਕੰਮ ਕਰੋ। ਬਾਕੀ ਪਾਰਟੀ ਜੋ ਵੀ ਸੇਵਾ ਦੇਗੀ ਉਹਨੂੰ ਮੈਂ ਇਮਾਨਦਾਰੀ ਨਾਲ ਨਿਭਾਊਂਗਾ। ਬਾਕੀ ਮਾਨ ਸਾਹਿਬ ਪਰਮਾਤਮਾ ਮੇਰਾ ਜ਼ਰੂਰ ਹੈਗਾ, ਮੈਂ ਤੁਹਾਡਾ ਉਸ ਦਿਨ ਵੀ ਜ਼ਰੂਰ ਲਾਈਵ ਹੋਵਾਂਗਾ ਜਿਸ ਦਿਨ ਮੈਂ ਤੁਹਾਨੂੰ ਆਪਣੀ ਤਰੱਕੀ ਦੇ ਰਾਹ ਨੂੰ ਅੱਗੇ ਵਧਾਉਂਦੇ ਹੋਏ ਸ਼ੇਅਰ ਕਰਾਂਗਾ ਕਿ ਤੁਸੀਂ ਕੱਲ੍ਹ ਕਿਹਾ ਕਿ ਲਾਲਚ ਦੇ ਕਰਕੇ ਤੁਸੀਂ ਕੱਲ੍ਹ ਮੇਰੇ ਉੱਤੇ ਤੰਜ ਕੱਸਿਆ, ਪਰ ਉਸ ਲਾਲਚ ਦਾ ਜਿਹੜਾ ਜਵਾਬ ਹੈ ਬੜੀ ਜਲਦੀ ਪਰਮਾਤਮਾ ਦੇਵੇਗਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਦੋਸਤੋ ਮੈਂ ਕੱਲ੍ਹ ਜਲੰਧਰ ਆ ਰਿਹਾ, ਜਲਦੀ ਸਾਰਿਆਂ ਨਾਲ ਮਿਲਾਂਗਾ, ਬੈਠਾਂਗੇ। ਕਿਸੇ ਨੂੰ ਵੀ ਦੁੱਖ ਸੁੱਖ ਦੇ ਵਿੱਚ ਮੇਰੀ ਜਾਂ ਮੇਰੇ ਪਰਿਵਾਰ ਦੀ ਜ਼ਰੂਰਤ ਹੈ, ਅਸੀਂ ਤੁਹਾਡੇ ਨਾਲ ਹਾਂ, ਤੁਸੀਂ ਮੇਰੇ ਪਰਿਵਾਰ ਦੇ ਸਦੱਸ ਹੋ, ਘਬਰਾਉਣਾ ਨਹੀਂ, ਕਿਸੇ ਤਰੀਕੇ ਦਾ ਕਿਸੇ ਨਾਲ ਵੀ ਵਿਰੋਧ ਵੈਰ ਨਹੀਂ ਕਰਨਾ। ਜਿਹੜੀ ਰਾਜਨੀਤੀ ਲੜਾਈ ਹੈ ਇਹ ਵਿਚਾਰਾਂ ਦੀ ਲੜਾਈ ਹੁੰਦੀ ਹੈ, ਅਸੀਂ ਜਿੱਤਾਂਗੇ, ਜ਼ਰੂਰ ਜਿੱਤਾਂਗੇ। ਤੁਹਾਡੇ ਰਹਿੰਦੇ ਜਿਹੜੇ ਕੰਮ ਹੈ, ਕਿਉਂਕਿ ਜਿਹੜੀ ਆਉਣ ਵਾਲੀ ਇਲੈਕਸ਼ਨ ਹੈ ਇਹ ਜਿਹੜੀ ਕਾਰਪੋਰੇਸ਼ਨ ਦੀ, ਜੋ ਇਲੈਕਸ਼ਨ ਅੱਜ ਹੋਈ ਹੈ ਉਹ ਤੋਂ ਬਹੁਤ ਅਲੱਗ ਰਿਜ਼ਲਟ ਆਉਣਗੇ। ਉਹ ਜਲੰਧਰ ਦਾ ਜਿਹੜਾ ਮੇਅਰ ਹੈ ਉਹ ਭਾਰਤੀ ਜਨਤਾ ਪਾਰਟੀ ਦਾ ਬਣੇਗਾ, ਔਰ ਜਲੰਧਰ ਦੀ ਜਿਹੜੀ ਡਿਵੈਲਪਮੈਂਟ ਹੈ ਉਹ ਨੰਬਰ 1 ਕਰਾ ਕੇ ਜਲੰਧਰ ਸ਼ਹਿਰ ਦੇ ਲੋਕਾਂ ਨੂੰ ਜ਼ਰੂਰ ਇਸ ਮਿਸਾਲ ਨੂੰ ਪੈਦਾ ਕਰਾਂਗੇ। ਧੰਨਵਾਦ, ਨਮਸਕਾਰ, ਜੈ ਭੀਮ, ਜੈ ਭਾਰਤ, ਜੈ ਸ਼੍ਰੀ ਰਾਮ।